ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਹੋਏ ਹੋ ਕਿਸਾਨ ਖੇਤੀ ਵਿਚਾਰ ਦੇ ਨਾਲ ਅਤੇ ਮੈਂ ਹਾਂ ਜਗਸੀਰ ਸਿੰਘ। ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਨਸਲ ਸੁਧਾਰ ਦੇ ਨਾਲ ਸੰਬੰਧਿਤ ਵਿਸ਼ਾ ਹੈ। ਸਾਡੀ ਐਪ 'ਤੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਨੇ ਕਿ ਜੇਕਰ ਪਸ਼ੂਆਂ ਦਾ ਜਿਹੜਾ ਸੀਮਨ ਸਟਰਾ ਹੈ ਕਿਤੋਂ ਲੈ ਕੇ ਆਉਣਾ ਉਹ ਕਿਸ ਤਰ੍ਹਾਂ ਲਿਆਂਦਾ ਜਾਵੇ। ਇਹ ਇਸ ਟੋਪਿਕ ਨੂੰ ਅੱਜ ਅਸੀਂ ਤਾਂ ਚੁਣਿਆ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਕਿਸਾਨ ਵੀਰਾਂ ਨੇ ਇਹ ਵੀ ਗੱਲ ਦੱਸੀ ਕਿ ਉਹਨਾਂ ਦੇ ਪਿੰਡ 'ਚ ਜਿਹੜੇ ਡਾਕਟਰ ਹੈ ਉਹ ਕਈ ਵਾਰ ਤਾਂ ਜਿਹੜਾ ਸੀਮਨ ਸਟਰਾ ਜਦੋਂ ਘਰ ਟੀਕਾ ਭਰਨ ਆਉਂਦੇ ਆ ਤਾਂ ਉਹ ਜੇਬ 'ਚ ਹੀ ਪਾ ਕੇ ਲਿਆਉਂਦੇ ਹੈਗੇ ਆ। ਸੋ ਇਹੋ ਜਿਹੀਆਂ ਗੱਲਾਂ ਕਰਕੇ ਜਿਹੜਾ ਸਾਨੂੰ ਅੱਜ ਦਾ ਟੋਪਿਕ ਚੂਜ਼ ਕਰਨਾ ਪਿਆ ਅਤੇ ਸਾਡੇ ਨਾਲ ਇਸ ਟੋਪਿਕ 'ਤੇ ਅੱਜ ਸਾਨੂੰ ਪੂਰੀ ਡਿਟੇਲ ਜਾਣਕਾਰੀ ਦੇਣਗੇ। ਸਾਡੇ ਨਾਲ ਜੁੜੇ ਨੇ ਇੰਚਾਰਜ ਵੇਰਕਾ ਫਰੋਜਨ ਸੀਮਨ ਸਟੇਸ਼ਨ ਭੱਟੀਆਂ ਖੰਨਾ ਤੋਂ ਅਤੇ ਡਾਕਟਰ ਹਰਮਨ ਸਾਡੇ ਨਾਲ ਜੁੜੇ ਨੇ। ਉਹਨਾਂ ਤੋਂ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਜੇਕਰ ਸੀਮਨ ਸਟਰਾ ਕਿਸੇ ਕਿਸਾਨ ਵੀਰ ਨੇ ਕਿਤੇ ਦੂਰੋਂ ਲੈ ਕੇ ਆਉਣਾ, ਯੂਨੀਵਰਸਿਟੀ 'ਚੋਂ ਲੈ ਕੇ ਆਉਣਾ, ਤਾਂ ਉਹਦਾ ਸਹੀ ਤਰੀਕਾ ਕੀ ਹੈ? ਹਾਂਜੀ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੇਖੋ, ਜਿਵੇਂ ਤੁਸੀਂ ਇਹ ਸਵਾਲ ਕੀਤਾ ਗਾ, ਵੀ ਬੜਾ ਵਧੀਆ ਤੁਸੀਂ ਅੱਜ ਦਾ ਟੋਪਿਕ ਜਿਹੜਾ ਰੱਖਿਆ ਗਾ। ਮੈਂ ਦੇਖੋ ਇਹ ਦੱਸਣਾ ਚਾਹੁੰਦਾ ਗਾ, ਜਦੋਂ ਆਪਾਂ ਨਾ ਸੀਮਨ ਪੈਕ ਕਰਦੇ ਹਾਂ ਸਟਰੋ ਦੇ ਵਿੱਚ, ਹਾਂਜੀ ਠੀਕ ਹੈ ਨਾ ਜੀ, ਉਹਦੇ ਵਿੱਚ ਜਦੋਂ ਪੈਕ ਕਰਨ ਤੋਂ ਬਾਅਦ ਇਹਨੂੰ LN2 ਗੈਸ ਆ ਉਹਦੇ ਵਿੱਚ ਫ੍ਰੀਜ਼ ਕਰ ਦਿੰਦੇ ਹਾਂ। ਠੀਕ ਹੈ ਜੀ। ਇੱਕ LN2 ਗੈਸ ਆ ਇਹ ਵੀਰਜ ਨੂੰ ਜਿੰਦਾ ਰੱਖਣ ਦੇ ਵਿੱਚ ਮਦਦ ਕਰਦੀ ਹੈ। ਠੀਕ ਹੈ ਜੀ। ਠੀਕ ਹੈ ਜੀ। ਹਾਂ, ਤੇ ਉਸ ਤੋਂ ਬਾਅਦ ਜਦੋਂ ਉਹਨੂੰ ਅਸੀਂ ਇੱਕ ਵਾਰੀ ਫ੍ਰੀਜ਼ ਕਰਤਾ, ਇਸ ਤੋਂ ਬਾਅਦ ਇਹਦੀ ਕੋਈ ਸੀਮਨ ਦੀ ਕੋਈ ਐਕਸਪਾਇਰੀ ਨਹੀਂ ਹੁੰਦੀ ਹੈਗੀ, ਵੀ ਇਹ 10 ਸਾਲ ਰੱਖ ਸਕਦੇ ਹਾਂ ਆਪਾਂ ਜਾਂ 20 ਸਾਲ ਰੱਖ ਸਕਦੇ ਹਾਂ। ਇਹਨੂੰ ਤੁਸੀਂ ਬੇਸ਼ੱਕ 100 ਸਾਲ ਰੱਖ ਲਓ, 200 ਸਾਲ ਰੱਖ ਲਓ ਸੀਮਨ ਨੂੰ, ਤੇ ਉਹਦਾ ਇੱਕੋ ਹੀ ਜਿਹੜਾ ਉਹਦਾ ਆਪਾਂ ਉਹਨੂੰ ਜਿੰਦਾ ਰੱਖਣ ਲਈ ਜਿਹੜੀ ਚਾਹੀਦੀ ਹੈ ਉਹ ਹੈਗਾ LN2 ਗੈਸ ਦਾ ਉਹਦੇ ਵਿੱਚ ਲੈਵਲ ਕੰਟੇਨਰ ਦੇ ਵਿੱਚ, ਜਿਹੜਾ ਕਿ ਕਦੇ ਵੀ ਘਟਣਾ ਨਹੀਂ ਚਾਹੀਦਾ ਹੈਗਾ। ਉਹਦੇ ਵਿੱਚ ਤੁਹਾਡਾ ਜਿਹੜਾ ਪ੍ਰੋਪਰ ਸੀਮਨ ਆ ਜਾਂ ਸੀਮਨ ਸਟਰੋ ਆ ਗੈਸ ਦੇ ਵਿੱਚ ਡੁੱਬੀ ਹੋਣੀ ਚਾਹੀਦੀ ਹੈ ਜੀ। ਜੀ ਠੀਕ ਹੈ। ਜੇ ਉਹਦਾ ਲੈਵਲ ਨੀਚੇ ਜਾਊਗਾ ਗੈਸ ਦਾ, ਤਾਂ ਉਹਦੇ ਨਾਲ ਜਿਹੜੇ ਤੁਹਾਡੇ ਵੀਰਜ ਨੇ ਸਟਰੋ ਦੇ ਵਿੱਚ ਆਪਾਂ ਭਰੇ ਨੇਗੇ ਉਹ ਉਹਦੇ ਨਾਲ ਮਤਲਬ ਮਰਨੇ ਸ਼ੁਰੂ ਹੋ ਜਾਣਗੇ ਜੇ ਗੈਸ ਨਹੀਂ ਪ੍ਰੋਪਰ ਹੋਊਗੀ। ਠੀਕ ਹੈ ਜੀ। ਤੇ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਗਾ ਵੀ ਆਪਾਂ ਕਿਤੋਂ ਵੀ ਕੋਈ ਸੀਮਨ ਸਟਰੋ ਲੈ ਕੇ ਆਉਣੀ ਆ ਜਾਂ ਉਹਨੂੰ ਕਿੱਦਾਂ ਆਪਾਂ ਨੂੰ ਟਰਾਂਸਪੋਰਟ ਕਰਨਾ ਹੈਗਾ, ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਮਤਲਬ ਸਿਲੰਡਰ ਦੇ ਰਾਹੀਂ ਹੀ ਉਹਨੂੰ ਟਰਾਂਸਪੋਰਟ ਕਰਨਾ ਚਾਹੀਦਾ ਗਾ। ਜਿਵੇਂ ਤੁਸੀਂ ਦੱਸਿਆ ਵੀ ਕੋਈ ਆਪਣਾ ਬੰਦੇ ਜੇਲ ਦੇ ਵਿੱਚ ਜਾਂ ਥਰਮੋਸ ਦੇ ਵਿੱਚ ਜਾਂ ਬਰਫ਼ ਦੇ ਉੱਪਰ ਰੱਖ ਕੇ ਲੈ ਆਉਂਦੇ ਨੇ, ਉਹ ਤੋਂ ਪਰਹੇਜ ਕਰਨਾ ਚਾਹੀਦਾ ਹੈ। ਕਿਉਂਕਿ ਜੇ ਤੁਸੀਂ ਇੱਦਾਂ ਮਤਲਬ ਉਹਨੂੰ ਟਰਾਂਸਫਰ ਕਰੋਗੇ ਤਾਂ ਜਿਹੜੇ ਉਹਦੇ ਵਿੱਚ ਵੀਰਜ ਨੇ ਉਹ ਮਰਨੇ ਸ਼ੁਰੂ ਹੋ ਜਾਣਗੇ, ਤੇ ਫਿਰ ਜਾਨਵਰ ਦਾ ਜਿਹੜਾ ਗੱਭਣ ਹੋਣ ਦੇ ਵਿੱਚ ਤੁਹਾਨੂੰ ਦਿੱਕਤ ਆਊਗੀ। ਜੀ ਠੀਕ ਹੈ ਜੀ। ਇਸ ਕਰਕੇ ਮਤਲਬ ਇਹਨੂੰ ਸਿਲੰਡਰ ਦੇ ਵਿੱਚ ਹੀ ਟਰਾਂਸਫਰ ਕੀਤਾ ਜਾਵੇ, ਜਿਹਦੇ ਵਿੱਚ ਗੈਸ ਦਾ ਲੈਵਲ ਆ ਜਿਹੜਾ ਉਹਦੇ ਵਿੱਚ ਪੂਰਾ ਡਿਪ ਹੋਣੀ ਚਾਹੀਦੀ ਹੈ ਜੀ, ਸਟਰੋ ਤੁਹਾਡੀ। ਜੀ ਠੀਕ ਹੈ ਜੀ। ਹਾਂਜੀ ਹਾਂ ਡਾਕਟਰ ਸਾਹਿਬ, ਇੱਕ ਮੇਰਾ ਹੋਰ ਸਵਾਲ ਹੈ ਕਿ ਜਦੋਂ ਸੀਮਨ ਸਟਰੋ ਨੂੰ ਆਪਾਂ ਪਸ਼ੂ ਦੇ ਟੀਕਾ ਭਰਨਾ ਹੈ ਤਾਂ ਉਸ ਤੋਂ ਪਹਿਲਾਂ ਕਈ ਵਾਰੀ ਕੀ ਕਰਦੇ ਹਾਂ ਕਿ ਆਪਾਂ ਕੋਸੇ ਪਾਣੀ 'ਚ ਡੁਬੋ ਕੇ ਚੈੱਕ ਕਰ ਲੈਂਦੇ ਹਾਂ ਕਿ ਜਿਹੜਾ ਸੀਮਨ ਸਟਰਾ ਡੁੱਬਦੀ ਹੈ ਕਿ ਨਹੀਂ ਡੁੱਬਦੀ, ਇਹਦੇ ਨਾਲ ਪਤਾ ਲੱਗ ਜਾਂਦਾ ਕਿ ਉਹ ਸਹੀ ਹੈ ਜਾਂ ਉਹਦੇ ਸ਼ੁਕਰਾਣੂ ਜਿਹੜੇ ਉਹ ਡੈੱਡ ਹੋ ਚੁੱਕੇ ਆ। ਕੀ ਇਹ ਤਰੀਕਾ ਸਹੀ ਹੈ ਜੀ ਇਸ ਤਰ੍ਹਾਂ ਚੈੱਕ ਕਰਨ ਦਾ? ਨਹੀਂ ਨਹੀਂ ਦੇਖੋ, ਇਹ ਬਿਲਕੁਲ ਗਲਤ ਉਹ ਹੈਗਾ। ਇਹਦੇ ਵਿੱਚ ਇੱਦਾਂ ਕੁਛ ਨਹੀਂ ਤੁਸੀਂ ਪਤਾ ਲਗਾ ਸਕਦੇ ਵੀ ਉਹਦੇ ਵਿੱਚ ਵੀਰ ਜਿੰਦਾ ਜਾਂ ਮਰ ਚੁੱਕਿਆ ਹੈਗਾ। ਉਹਦਾ ਪਾਣੀ ਦੇ ਵਿੱਚ ਡੁੱਬਣਾ ਜਾਂ ਉੱਪਰ ਤੈਰਨਾ ਇਹ ਨਹੀਂ ਉਹਨੂੰ ਤੈਅ ਕਰ ਸਕਦਾ ਵੀ ਵੀਰ ਜਿੰਦਾ ਜਾਂ ਆਪਣਾ ਆਪਣਾ ਮਰ ਚੁੱਕਿਆ ਹੈਗਾ। ਤੇ ਉਹਦੇ ਵਿੱਚ ਮਤਲਬ ਪ੍ਰੋਪਰ ਇਹੀ ਹੈਗਾ ਜਿਹੜਾ ਉਹਦਾ ਪ੍ਰੋਟੋਕਾਲ ਹੈਗਾ ਵੀ ਤੁਹਾਨੂੰ ਜਿਹੜਾ ਪਾਣੀ ਕੋਸਾ ਜਿਹੜਾ ਉਹਦਾ 37 ਡਿਗਰੀ ਟੈਂਪਰੇਚਰ ਹੋਣਾ ਚਾਹੀਦਾ ਹੈਗਾ। ਇਹ ਜਿਹੜਾ 37 ਡਿਗਰੀ ਟੈਂਪਰੇਚਰ ਰੱਖਿਆ ਜਾਂਦਾ ਹੈਗਾ ਇਹਦਾ ਕਾਰਨ ਇਹ ਹੈ ਵੀ ਜਿਹੜੇ ਉਹਦੇ ਵਿੱਚ ਗੈਸ ਦੇ ਵਿੱਚ ਜਿਹੜੇ ਵੀਰਜ ਹੁੰਦਾ ਉਹ ਮਤਲਬ ਇੱਕ ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹੀਏ ਤਾਂ ਵੀ ਵੀਰਜ ਸੁੱਤਾ ਹੁੰਦਾ ਹੈਗਾ। ਠੀਕ ਹੈ। ਤੇ ਉਹਨੂੰ ਜਗਾਉਣ ਲਈ ਆਪਾਂ 37 ਡਿਗਰੀ ਟੈਂਪਰੇਚਰ ਪਾਣੀ ਦਾ ਕੋਸਾ ਪਾਣੀ ਜਿਹਨੂੰ ਕਹਿੰਦੇ ਹੈ ਤੇ ਉਹਦੇ ਵਿੱਚ 1 ਮਿੰਟ ਲਈ ਰੱਖਣਾ ਗਾ। ਠੀਕ ਹੈ। ਉਹਦੇ ਨਾਲ ਰੱਖਣ ਨਾਲ ਫਿਰ ਜਿਹੜੇ ਤੁਹਾਡਾ ਵੀਰਜ ਆ ਉਹ ਜਾਗ ਜਾਂਦਾ ਹੈਗਾ। ਠੀਕ ਹੈ। ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਆਪਣਾ ਮਨਸੂਈ ਗਰਭ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਤੇ ਜਿਹੜਾ ਬਿਲਕੁਲ ਉਹਦਾ ਕੋਈ ਉਹ ਨਹੀਂ ਹੈਗਾ, ਜਿਹੜਾ ਡੁੱਬਣਾ ਜਾਂ ਨਾ ਡੁੱਬਣਾ ਉਹਦਾ ਕੋਈ ਲੈਣ ਦੇਣ ਨਹੀਂ ਹੈਗਾ ਵੀ ਜੇ ਤੁਸੀਂ ਜਿੰਦਾ ਜਾਂ ਮਰਨਾ। ਠੀਕ ਹੈ। ਇੱਕ ਡਾਕਟਰ ਸਾਹਿਬ ਹੋਰ ਮੇਰੀ ਇੱਕ ਇਹ ਜਾਣਕਾਰੀ ਲੈਣਾ ਚਾਹੁੰਦਾ ਸੀ ਆ ਕਿ ਜਦੋਂ ਆਪਾਂ ਜੇ ਮੰਨ ਲਓ ਕਿਸੇ ਫਾਰਮਰ ਕੋਲ ਨਾਈਟ੍ਰੋਜਨ ਸਿਲੰਡਰ ਉਹਨੇ ਆਪਣੇ ਕੋਲ ਰੱਖਿਆ ਹੋਇਆ ਜਾਂ ਫਿਰ ਡਾਕਟਰ ਹੀ ਜੇ ਘਰ ਆਉਂਦਾ ਸਿਲੰਡਰ ਲੈ ਕੇ, ਤਾਂ ਜਦੋਂ ਇੱਕ ਵਾਰੀ ਆਪਾਂ ਸੀਮਨ ਸਟਰਾ ਨੂੰ ਸਿਲੰਡਰ ਦੇ ਵਿੱਚੋਂ ਕੱਢ ਲੈਂਦੇ ਹਾਂ ਪ੍ਰੋਪਰ ਜਿਹਦੇ ਵਿੱਚ ਨਾਈਟ੍ਰੋਜਨ ਹੈਗੀ ਹੈ, ਤਾਂ ਉਹ ਕੱਢਣ ਤੋਂ ਬਾਅਦ ਪਸ਼ੂ ਦੇ ਭਰਨ ਦੇ ਵਿਚਾਲੇ ਕਿੰਨੇ ਸਮੇਂ ਤੱਕ ਜਿਹੜਾ ਉਹਨੂੰ ਵਰਤ ਸਕਦੇ ਹਾਂ ਆਪਾਂ, ਕਿੰਨਾ ਸਮਾਂ ਰਹਿ ਜਾਂਦਾ ਸਿਲੰਡਰ ਤੋਂ ਬਾਅਦ? ਹਾਂਜੀ 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 ਦੇਖੋ
ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਉਹਦੇ ਵਿੱਚੋਂ ਤੁਸੀਂ ਇਹਨਾਂ ਨੇ ਸਟਰਾਅ ਨੂੰ ਕੱਢਣਾ ਗਾ, ਜਿਹੜਾ ਉਹਦੇ ਵਿੱਚ ਨਾ ਜਿਹੜੀ ਅੰਦਰ ਇੱਕ ਕੁੱਪੀ ਹੁੰਦੀ ਹੈ ਜਿਹਨੂੰ ਕਿ ਗੋਬਲੈਟ ਕਿਹਾ ਜਾਂਦਾ ਗਾ, ਉਹਨੂੰ ਉਹ ਗੋਬਲੈਟ ਅੱਗੇ ਕਨਿਸਟਰ ਦੇ ਵਿੱਚ ਪਾਇਆ ਹੁੰਦਾ। ਪਹਿਲੀ ਗੱਲ ਤਾਂ ਉਹ ਸਾਰਾ ਕਨਿਸਟਰ ਬਾਹਰ ਨਹੀਂ ਆਉਣਾ ਚਾਹੀਦਾ ਗਾ, ਠੀਕ ਹੈ ਜੀ। ਤੇ ਉੱਥੋਂ ਕੱਲੀ ਸਟਰਾਅ ਨੂੰ ਕੱਢਣਾ, ਚਿਮਟੀ ਨਾਲ ਸਟਰਾਅ ਨੂੰ ਕੱਢਿਆ ਜਾਵੇ, ਆਪਣਾ ਹੱਥ ਨਾਲ ਨਾ ਕੱਢਿਆ ਜਾਵੇ, ਚਿਮਟੀ ਹੁੰਦੀ ਹੈਗੀ। ਤੇ ਉਹਨੂੰ ਕੱਢਣ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਉਹਦੀ ਥੋਇੰਗ ਕਰ ਲਓ, ਇਹੀ ਆਪਣਾ ਕੋਸੇ ਪਾਣੀ ਦੇ ਵਿੱਚ 1 ਮਿੰਟ ਉਹਦਾ ਹੋ ਗਿਆ ਜੀ। ਉਦੋਂ ਬਾਅਦ ਆਪਣਾ ਜਿਹੜੀ ਏ ਗਨ ਦੇ ਵਿੱਚ ਉਹਨੂੰ ਸਟਰਾਅ ਨੂੰ ਪਾਊਗਾ, 4-5 ਤੋਂ 10-5 ਮਿੰਟ ਤੱਕ ਤੁਸੀਂ ਉਹਨੂੰ ਉਹ ਕਰ ਸਕਦੇ ਹੋ। ਇਸ ਤੋਂ ਵੱਧ ਜਿਹੜੇ ਟਾਈਮ ਜਿੰਨਾ ਆਪਾਂ ਉਹਨੂੰ ਉਹ ਦੇਰੀ ਕਰੀ ਜਾਵਾਂਗੇ, ਮੈਂ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਉਹਦੇ ਵਿੱਚ ਫਿਰ ਜਿਹੜਾ ਵੀਰ ਜਾ ਤੁਹਾਡਾ ਉਹ ਨਾਲ ਦੀ ਨਾਲ ਉਸ ਤਰ੍ਹਾਂ ਜਿੰਨਾ ਟਾਈਮ ਜ਼ਿਆਦਾ ਹੋਈ ਜਾਊਗਾ ਉਨਾ ਵੀਰ ਉਹਦੇ ਵਿੱਚੋਂ ਮਰਨਾ ਸ਼ੁਰੂ ਹੋ ਜਾਊਗਾ। ਮਤਲਬ 5 ਤੋਂ 10 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਉਹਨੂੰ ਇਹ ਆਪਣਾ ਵੰਸੂਈ ਗਰਭਦਾਨ ਕਰ ਦੇਣਾ ਚਾਹੀਦਾ ਹੈ। ਸੋ ਇਸੇ ਲਈ ਕਹਿੰਦੇ ਆ ਕਿ ਜਿਹੜਾ ਨਾਈਟ੍ਰੋਜਨ ਵਾਲਾ ਸਿਲੰਡਰ ਹੈ ਉਹ ਪਸ਼ੂ ਦੇ ਬਿਲਕੁਲ ਜਾਂ ਤਾਂ ਕੋਲੇ ਹੋਵੇ ਜਾਂ ਪਸ਼ੂ ਉਹਦੇ ਨੇੜੇ ਹੋਵੇ ਜੀ, ਤੇ 5 ਮਿੰਟਾਂ ਦੇ ਵਿੱਚ ਜਿਹੜਾ ਆਪਣਾ ਜਿਹੜਾ ਸੀਮਨ ਭਰਿਆ ਜਾਣਾ ਚਾਹੀਦਾ। ਤੇ ਡਾਕਟਰ ਸਾਹਿਬ ਕੋਈ ਇਹੋ ਜਿਹਾ ਤਰੀਕਾ ਹੈ ਜੇ ਹੁਣ ਕਿਤੇ ਕੋਲੇ ਕੋਈ ਪਸ਼ੂ ਘੱਟ ਹੈ ਜਾਂ ਉਹਨੂੰ ਉਹ ਮਹਿੰਗਾ ਪੈਂਦਾ ਨਾਈਟ੍ਰੋਜਨ ਸਿਲੰਡਰ, ਕੋਈ ਹੋਰ ਤਰੀਕਾ ਵੀ ਆਇਆ ਅੱਜ ਤੀਕਰ ਜਾਂ ਸਿਰਫ ਇੱਕੋ ਇੱਕ ਹੀ ਇਹਦਾ ਨਾਈਟ੍ਰੋਜਨ ਸਿਲੰਡਰ ਹੀ ਹੈ? ਦੇਖੋ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਸੀ ਜਿਹੜੀ ਗੈਸ ਆ, ਗੈਸ ਨੇ ਹੀ ਵੀਰ ਜੀ ਨੂੰ ਜਿੰਦਾ ਰੱਖਣਾ ਗਾ ਜੀ, ਠੀਕ ਹੈ ਨਾ ਜੀ। ਤੇ ਇਹਦਾ ਕੋਈ ਹੋਰ ਹੱਲ ਹੈ ਹੀ ਨਹੀਂ ਹੈ, ਠੀਕ ਹੈ। ਜੇ ਤੁਸੀਂ ਜ਼ਿਆਦਾ ਜਿਵੇਂ ਮੰਨ ਲਓ ਜਿਹੜੇ ਪਿੰਡਾਂ ਦੇ ਵਿੱਚ ਏਆਈ ਵਰਕਰ ਨੇ ਉਹਨਾਂ ਕੋਲੇ ਹੁੰਦਾ, ਹਰ ਬੰਦਾ ਦੇਖੋ ਰੱਖ ਨਹੀਂ ਸਕਦਾ ਇਹਨੂੰ, ਹਾਂਜੀ ਠੀਕ ਹੈ, ਘਰ ਦੇ ਵਿੱਚ ਹਰ ਬੰਦਾ ਨਹੀਂ ਰੱਖ ਸਕਦਾ। ਇਸੇ ਕਰਕੇ ਜਿਹੜੇ ਏਆਈ ਵਰਕਰ ਨੇ ਉਹਨਾਂ ਕੋਲ ਰੱਖੇ ਹੋਏ ਨੇ, ਤੇ ਬਸ ਉਹਨਾਂ ਦਾ ਮੇਨ ਇਹੀ ਹੈ ਵੀ ਉਹਦੇ ਵਿੱਚ ਆਪਦਾ ਜਿਹੜਾ ਲੈਵਲ ਆ ਗੈਸ ਦਾ ਲੈਵਲ ਬਿਲਕੁਲ ਆਪਣਾ ਉਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਤੁਹਾਡਾ ਕਨਿਸਟਰ ਉਹਦੇ ਵਿੱਚ ਡੁੱਬਿਆ ਹੋਣਾ ਚਾਹੀਦਾ ਨਾਈਟ੍ਰੋਜਨ ਦੇ ਵਿੱਚ। ਜੀ ਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਕਿਸਾਨ ਵੀਰੋ, ਡਾਕਟਰ ਸਾਹਿਬ ਨੇ ਬੜੇ ਘੱਟ ਸ਼ਬਦਾਂ ਦੇ ਵਿੱਚ ਬੜੀ ਡੂੰਘੀ ਜਾਣਕਾਰੀ ਆਪਾਂ ਨੂੰ ਦਿੱਤੀ ਹੈ। ਸੋ ਇਸੇ ਤਰ੍ਹਾਂ ਦੀ ਜਾਣਕਾਰੀ ਅਸੀਂ ਹੋਰ ਵੀ ਅੱਗੇ ਇਸ ਪ੍ਰੋਗਰਾਮ 'ਚ ਲੈ ਕੇ ਆਵਾਂਗੇ। ਅਸੀਂ ਵੇਰਕਾ, ਜਿੱਥੇ ਜਿਹੜਾ ਸੀਮਨ ਕਲੈਕਟ ਹੁੰਦਾ ਹੈਗਾ, ਵੇਰਕਾ ਦਾ ਜਿਹੜਾ ਸੀਮਨ ਸਟੇਸ਼ਨ ਖਾਨੇ ਬਣਿਆ ਹੋਇਆ ਜਿੱਥੇ ਕਿ ਵੀਰ 'ਚ ਕਲੈਕਟ ਕੀਤਾ ਜਾਂਦਾ, ਇਹਦੇ ਬਾਰੇ ਵੀ ਇੱਕ ਡਿਟੇਲਡ ਵੀਡੀਓ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਵਾਂਗੇ ਕਿ ਜਿਹੜਾ ਜਿਹੜਾ ਬੁੱਲ ਤੋਂ ਜਦੋਂ ਵੀਰ 'ਚ ਕਲੈਕਟ ਹੁੰਦਾ ਤਾਂ ਉਹ ਕਿਹੜੇ ਕਿਹੜੇ ਤਰੀਕਿਆਂ ਨਾਲ ਕੀਤਾ ਜਾਂਦਾ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਲੱਗਦਾ ਕਿਸੇ ਹੋਰ ਟੌਪਿਕ 'ਤੇ ਗੱਲ ਕੀਤੀ ਜਾਈਏ, ਤੁਸੀਂ ਵੀਡੀਓ ਦੇ ਨੀਚੇ ਕਮੈਂਟ 'ਚ ਦੱਸ ਸਕਦੇ ਹੋ। ਖੇਤੀ ਨਾਲ ਜੁੜੀਆਂ, ਪਸ਼ੂਆਂ ਨਾਲ ਜੁੜੀਆਂ ਹੋਰ ਨਵੀਆਂ ਜਾਣਕਾਰੀ ਦੇ ਲਈ ਤੁਸੀਂ ਆਪਣੀ ਖੇਤੀ ਐਪ ਡਾਊਨਲੋਡ ਕਰ ਸਕਦੇ ਹੋ। ਸਾਡਾ ਫੇਸਬੁੱਕ ਅਤੇ ਯੂਟਿਊਬ ਚੈਨਲ ਵੀ ਜ਼ਰੂਰ ਲਾਈਕ ਅਤੇ ਸਬਸਕ੍ਰਾਈਬ ਕਰਿਓ ਜੀ। ਧੰਨਵਾਦ।